ਜਾਂਦਾ ਏਕਾ ਜਿੰਦਾਬਾਦ 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 ਜਬਰੀ ਵਸੂਲੀਆਂ ਨਹੀਂ ਕਰਨ ਦਿਆਂਗੇ ਨਹੀਂ ਕਰਨ ਦਿਆਂਗੇ ਨਹੀਂ ਕਰਨ ਦਿਆਂਗੇ ਕਾਰਪੇਟ ਘਰਾਣਿਆਂ ਨੂੰ ਪੁਜਾ ਕੇ ਰਹਾਂਗੇ ਪੁਜਾ ਕੇ ਰਹਾਂਗੇ मजदूर संघर्ष कमेटी के आगुआ वालों दसाया गया 15 जनवरी तो बल्कि दसंबर तो लैके 15 जनवरी तक जिहड़े आ टोल प्लाजिया नूं फ्री कर दिता जाएगा कि जिन्ना चिकर उन्हां दीआं मंगां नूं प्रवान नहीं किया जाता। सो अज उह चीज़ वी देख सकते जो कि किसान मजदूर संघर्ष कमेटी के आगू जिहड़े ने उन्होंने अपना कि टोल प्लाजा उस्मा तरन तारण जिहड़ा कि सब तो महंगा है उसनों बंद कर दिता गया है और ये 15 जनवरी तक बंद रहेगा जिन्ना चिकर कि उन्हां दीआं मंगां पूरीआं नहीं हो जांदीआं। साडे नाल किसान मजदूर आगू हैगे ने असीं उन्हां नाल गल करांगे कि ये आ जिहड़ा तुसीं जो वादा कीता सी जो तुसीं वादा कीता सी कि 15 दसंबर तो 15 जनवरी तक ये टोल फ्री हो जाएगा सो अज तुसीं ये तैयारी कर ली। मैं सतनाम सिंह मनोचाल किसान मजदूर संघर्ष कमेटी जिला तरन तारण का प्रधान सूबा कोर कमेटी मैंबर साडा सूबा पद्धरी फैसला होया वा साडी जथेबंदी वालों भी असीं 15 दसंबर तो लैके ते 15 जनवरी तक जिहड़ा वा टोल फ्री करांगे। आवाजाई जिहड़ी आ बिल्कुल निर्विघन चालू रहेगी, किसी नूं आवाजाई दे विच कोई भी मुश्किल नहीं आउण दित्ती जाऊगी, पर टोल फ्री किते जाणगे। ओह करन वास्ते असीं जिहड़ा वा अपने मिते रोमन अनुसार जिहड़ा वा आ टोल फ्री करन वास्ते जिहड़ा वा वड्डी गिणती साडी पंजाब भर दे 20 टोल प्लाजां दे उत्ते जिहड़ी आ जिहड़ी ओह लगातार जिहड़ी ओह बैठूगी। ਇਹ ਸਰ ਵੇਖਣ ਨੂੰ ਮਿਲਿਆ ਕੇਂਦਰ ਸਰਕਾਰ ਦੇ ਟੋਲ ਪਲਾਜ਼ਾ ਤੁਸੀਂ ਬੰਦ ਕੀਤਾ ਜਾ ਰਿਹਾ ਵਾ, ਇੱਥੇ ਜੋ ਕਰਮਚਾਰੀ ਹੈਗੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਮਿਲੀ ਜੋ ਕਿ ਜਦੋਂ ਕਿ ਦਿੱਲੀ ਦਾ ਅੰਦੋਲਨ ਸੀ ਤਾਂ ਇਹ ਸਾਲ ਬੰਦ ਰਹੇ 1.5 ਸਾਲ ਬੰਦ ਰਹੇ, ਪਰ ਉਹਨਾਂ ਦੀ ਤਨਖਾਹਾਂ ਉਹਨਾਂ ਨੂੰ ਵੀ ਧਰਨੇ ਲਾਉਣੇ ਪੈ ਗਏ ਸੀ, ਉਹਨਾਂ ਦੀ ਵੀ ਮਜਬੂਰੀਆਂ ਬੜੀਆਂ ਹੈਗੀਆਂ ਨੇ, ਉਹਨਾਂ ਦੇ ਵੀ ਪਰਿਵਾਰ ਹੈਗੇ ਨੇ, ਕੀ ਸੋਚਿਆ? ਜਿਹੜੇ ਮੁਲਾਜ਼ਮ ਆ ਨਾ ਇੱਥੋਂ ਦੇ ਮੁਲਾਜ਼ਮਾਂ ਵਾਸਤੇ ਤਾਂ ਸਾਡੀ ਇਹ ਮੰਗ ਆ ਵੀ ਇਹਨਾਂ ਨੂੰ ਅਸੀਂ ਪੱਕੇ ਤੌਰ 'ਤੇ ਭਰਤੀ ਕਰਾਉਣ ਵਾਸਤੇ ਇਹਨਾਂ ਨੂੰ ਸਰਕਾਰੀ ਜੌਬ ਜਿਹੜੀ ਆ ਉਹ ਦਿਵਾਉਣ ਵਾਸਤੇ ਅਸੀਂ ਜਿਹੜਾ ਵਾ ਪੂਰਾ ਤਿਲ ਲਾਵਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਪਹਿਲੀ ਗੱਲ ਤਾਂ ਇਹ ਜਿਹੜੇ ਆ ਟੋਲ ਪਲਾਜ਼ੇ ਬਣਦੇ ਹੀ ਨਹੀਂਗੇ। ਜਦੋਂ ਕੋਈ ਵੀ ਵਹੀਕਲ ਲੈਂਦੇ ਹਾਂ ਉਹਦਾ ਟੈਕਸ ਉਦੋਂ ਹੀ ਦਿੱਤਾ ਜਾਂਦਾ, ਸੜਕਾਂ ਜਿਹੜੀਆਂ ਬਣਾਉਣਾ ਵਾ ਸਰਕਾਰ ਦਾ ਕੰਮ ਹੁੰਦਾ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ, ਪਰ ਫਿਰ ਵੀ ਸਾਡੀ ਇਹ ਮੰਗ ਆ ਵੀ ਇਹ ਕਾਰਪੋਰੇਟ ਘਰਾਣਿਆਂ ਤੋਂ ਇਹ ਟੋਲ ਪਲਾਜ਼ੇ ਖੋਹ ਕੇ ਅਤੇ ਅਸੀਂ ਸਰਕਾਰੀ ਪਬਲਿਕ ਅਦਾਰੇ ਬਣਾਉਣੇ ਚਾਹੁੰਦੇ ਹਾਂ, ਸਰਕਾਰੀ ਬਣਾਉਣੇ ਚਾਹੁੰਦੇ ਹਾਂ, 75% ਇਹਦੇ ਵਿੱਚ ਜਿਹੜੀ ਆ ਛੋੜ ਲੈਣੀ ਚਾਹੁੰਦੇ ਹਾਂ ਵੀ ਇਹ ਜੇ ਪਬਲਿਕ ਅਦਾਰਾ ਜਿਹੜਾ ਵਾ ਸਰਕਾਰੀ ਤੌਰ 'ਤੇ ਬਣ ਜੇ ਅਤੇ ਫਿਰ ਇਹਦੀ 75% ਪਰਚੀ ਜਿਹੜੀ ਘੱਟ ਲੱਗੇ, ਜਿੱਥੇ 100 ਰੁਪਈਆ ਵਾ ਉੱਥੇ 25 ਰੁਪਈਏ ਲੱਗਣ, ਅਤੇ ਨਾਲ ਸਾਡੇ ਜਿਹੜੇ ਪੱਕੇ ਮੁਲਾਜ਼ਮ ਭਰਤੀ ਹੋਣ, ਪੱਕਾ ਮੈਨੇਜਰ ਹੋਵੇ, ਜਿਸ ਤਰ੍ਹਾਂ ਸਾਡੀਆਂ ਬੈਂਕ ਦੇ ਵਿੱਚ ਮੈਨੇਜਰ ਆ, ਚਾਹੇ ਪੁਲਿਸ ਦੇ ਵਿੱਚ ਥਾਣੇਦਾਰ SHO, ਚਾਹੇ ਡਿਪਟੀ, ਚਾਹੇ ਇਸੇ ਤਰ੍ਹਾਂ ਮੰਨ ਲਓ ਹੋਰ ਸਕੂਲ ਦੇ ਵਿੱਚ ਪ੍ਰਿੰਸੀਪਲ, ਇਹ ਤਰੀਕੇ ਦੇ ਨਾਲ ਪੱਕੀ ਜਿਹੜੀ ਜੋਬ ਜਿਹੜੀ ਅਸੀਂ ਦਵਾਉਣ ਵਾਸਤੇ ਜਿਹੜਾ ਵਾ ਉੱਥੇ ਵੀ ਅਸੀਂ ਜ਼ੋਰ ਲਾਵਾਂਗੇ, ਸਾਡੀ ਇਹ ਮੰਗ ਆ ਨਾਲ। ਹੁਣ ਜਿਵੇਂ 15 ਦਸੰਬਰ ਤੇ 15 ਜਨਵਰੀ ਤੱਕ ਬੰਦ? ਹਾਂਜੀ, ਇਹ ਪੱਕੇ ਬੰਦ ਰਹਿਣਗੇ ਜੀ, ਇੱਥੇ ਟੋਲ ਪਰਚੀ ਨਹੀਂ ਕੱਟੀ ਜਾਊਗੀ ਜੀ। ਸਾਡੇ ਹੋਰ ਵੀ ਕਿਸਾਨ ਨੇ, ਸਰ ਕੀ ਕਹਿਣਾ ਚਾਹੋਗੇ ਕਿ ਇੱਕ ਆਮ ਮੁਲਾਜ਼ਮ ਜਿਹੜਾ ਬੜਾ ਪੀਸਿਆ ਜਾਂਦਾ ਕਹਿੰਦਾ ਕਿ ਸਾਨੂੰ ਬੜੀ ਮੁਸ਼ਕਲ ਆ ਜਾਂਦੀ? ਮੈਂ ਰਜਿੰਦਰ ਸਿੰਘ ਸ਼ਕਰੀ, ਜ਼ਿਲ੍ਹਾ ਤਰਨ ਤਾਰਨ ਦਾ ਜਨਰਲ ਸਕੱਤਰ ਅਤੇ ਸੂਬਾ ਮੈਂਬਰ। ਵੇਖੋ, ਜਿਹੜੇ ਇੱਥੇ ਮੁਲਾਜ਼ਮ ਸਰਵਿਸ ਕਰਦੇ ਨੇ ਉਹ ਵੀ ਸਾਡੇ ਘਰਾਂ 'ਚ ਨੌਜਵਾਨ ਵੀਰ ਨੇ, ਇਹ ਸਾਡੀਆਂ ਭੈਣਾਂ ਨੇ, ਸਾਡੀਆਂ ਧੀਆਂ ਨੇ। ਠੀਕ ਆ, ਅੱਜ ਅਸੀਂ 15 ਦਸੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ ਸੀ ਕਿ 15 ਜਨਵਰੀ ਤੱਕ ਜਿਹੜਾ ਵਾ ਰੋਡ ਟੋਲ ਫਰੀ ਕੀਤੇ ਜਾਣਗੇ, ਪਰ ਅਸੀਂ ਆਪਣੀਆਂ ਧੀਆਂ ਨਾਲ, ਆਪਣੀਆਂ ਭੈਣਾਂ ਨਾਲ, ਆਪਣੇ ਨੌਜਵਾਨ ਵੀਰਾਂ ਨਾਲ, ਕਿਉਂਕਿ ਇਹ ਜਿਹੜੀ ਤਨਖਾਹ ਵਾ ਬਿਲਕੁਲ ਕੰਪਨੀ ਤੋਂ ਇਹਨਾਂ ਨੂੰ ਦਵਾ ਕੇ ਰਵਾਂਗੇ, ਜਿੰਨਾ ਚਿਰ ਜਿਹੜੀ ਹੈ ਕੰਪਨੀ ਨਾਲ ਤਨਖਾਹ ਨਾ ਦੇਊਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਕਿਉਂਕਿ ਇਹ ਵੀ ਸਾਡੇ ਪਰਿਵਾਰਾਂ 'ਚੋਂ ਨੇ, ਇਹ ਕੋਈ ਦੂਰੋਂ ਨਹੀਂ ਹੈ। ਸੋ ਅੱਜ ਜੋ ਟੋਲ ਪਲਾਜ਼ੇ ਬੰਦ ਕੀਤੇ ਨੇ, ਜੇ ਅਗਰ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਜਾਂ ਕੇਂਦਰ ਨਹੀਂ ਮੰਨਦੀ ਤਾਂ ਕੋਈ ਅਗਲਾ ਸੰਘਰਸ਼ ਵੀ ਵਿੜਿਆ ਜਾ ਸਕਦਾ? ਵੇਖੋ ਜੀ, ਅੱਜ ਸਾਡਾ 15 ਜਨਵਰੀ ਤੱਕ ਜਿਹੜਾ ਐਲਾਨ ਆ, ਉਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਸੂਬੇ ਦੀ ਕੋਰ ਕਮੇਟੀ ਦੀਆਂ ਮੀਟਿੰਗਾਂ ਲਾ ਕੇ ਉਹ ਜਿਹੜਾ ਵਾ ਅਗਲਾ ਜਿਸ ਤਰ੍ਹਾਂ ਵੀ ਹੋਊਗਾ ਉਹ ਐਲਾਨ ਜਿਹੜਾ ਵਾ ਕੀਤਾ ਜਾਊਗਾ ਅਜੇ 15 ਜਨਵਰੀ ਤੱਕ। ਸੋ ਇਹ ਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਨ੍ਹਾਂ ਵੱਲੋਂ ਕਿ ਟੋਲ ਪਲਾਜ਼ਾ ਤਰਨ ਤਾਰਨ ਉਸਮਾ ਪਿੰਡ ਦਾ ਜਿਹੜਾ ਵਾ ਉਹਨੂੰ ਬੰਦ ਕੀਤਾ ਗਿਆ ਹੈ ਕਿ ਕੋਈ ਵੀ ਜਿਹੜਾ ਵਾ ਇੱਥੋਂ ਦੀ ਪਰਚੀ ਜਿਹੜੀ ਆ ਨਹੀਂ ਕੱਟੀ ਜਾਏਗੀ। ਦੇਖ ਸਕਦੇ ਹੋ ਕਿ ਭਾਰੀ ਤਾਦਾਦ ਦੇ ਨਾਲ ਕਿਸਾਨ ਜਿਹੜੇ ਨੇ ਆਪਣੀਆਂ ਟਰਾਲੀਆਂ ਲੈ ਕੇ ਜਿਹੜਾ ਵਾ ਉਹ ਇੱਥੇ ਪਹੁੰਚ ਚੁੱਕੇ ਨੇ। ਤੁਸੀਂ ਵੇਖ ਸਕਦੇ ਜੋ ਤਸਵੀਰਾਂ ਜ਼ਰੀਏ ਵੇਖ ਸਕਦੇ ਜੋ ਕਿ ਮੀਡੀਆ ਦਾ ਵੀ ਜਮਾਵੜਾ ਇੱਥੇ ਲੱਗ ਚੁੱਕਾ ਹੈ, ਪਹੁੰਚ ਚੁੱਕੇ ਨੇ, ਔਰ ਵੇਖ ਸਕਦੇ ਜੋ ਕਿਸਾਨ ਜਿਹੜੇ ਨੇ ਟਰਾਲੀਆਂ ਲਗਾ ਦਿੱਤੀਆਂ ਨੇ ਔਰ ਜਿਹੜੀਆਂ ਪਰਚੀਆਂ ਫਰੀ ਆਖਣ ਦੀ ਗੱਲ ਕਹੀ ਗਈ ਸੀ ਉਹ ਪਰਚੀਆਂ ਨੂੰ ਜਿਹੜਾ ਵਾ ਉਹ ਫਰੀ ਕਰ ਦਿੱਤਾ ਗਿਆ ਹੈ। ਸੋ ਅੱਜ ਕਿਸਾਨ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੈਠੇ ਸੀ ਉਸੇ ਤਰ੍ਹਾਂ ਹੀ ਉਹ ਕਿਸਾਨ ਜਿਹੜੇ ਨੇ ਅੱਜ ਇੱਥੇ ਆਣ ਕੇ ਤਰਨ ਤਾਰਨ ਦੇ ਟੋਲ ਪਲਾਜ਼ਾ ਉਸਮਾ ਦੇ ਆਣ ਕੇ ਬੈਠੇ ਨੇ ਔਰ ਉਸੇ ਤਰ੍ਹਾਂ ਹੀ ਟਰਾਲੀਆਂ ਲੱਗ ਚੁੱਕੀਆਂ ਨੇ। ਉਹੀ ਜੋਸ਼ ਹੈ ਜੋ ਕਿ
दिल्ली दे विच जोश वेखण नूं मिलदा सी, इह टोल प्लाजा जिहड़ा वा बंद कर दिता गया है। और वो रस्ता देख सकते जो कि अमृतसर, अमृतसर तो राजस्थान नूं जांदा है, तां इह हुण जिहड़ा टोल प्लाजा वा पूरी तरह तां फ्री कर दिता गया है। आउण जाण वालिआं नूं किसे तरह की हुण कोई पर्ची कटाउण की जरूरत नहीं पएगी, ये उदों तक रहेगा जिन्ने चिर सरकार मंगा नहीं मन लैंदी। बहुत गंदी है, कानून नहीं पूरे करदी, बहुत वधिया कीता किसानां ने। हाँ जी हाँ जी, बहुत सानूं फायदा जी टूल दा। किन्ने पैसे खर्च दे जी? साडा जी 800 रुपया है, 810 रुपये। अच्छा हाँ जी, ये हुण पीड़ा बंद हो गया? वधिया हो गया जी, वधिया हो गया, झक्का करन दे सरकार जी। अहीं किसानां दे नाल आ जी, ਜਗਮੇ ਟੀਵੀ ਤਰਨ ਤਾਰਨ।